ਉਮੀਦਵਾਰ ਮੈਡਮ ਜਾਮਨੀ ਗੋਮਰ ਜੀ ਇੱਥੇ ਖਾਲਸਾ ਚੱਬੇਵਾਲ ਜਿੱਥੇ ਪਹੁੰਚਿਆ ਜਿੱਥੇ ਕੁਲਵਿੰਦਰ ਸਿੰਘ ਕਾਂਗਰਸੀ ਆਗੂ ਨੇ ਆਪਣੇ ਆਫਿਸ ਖੋਲਿਆ ਉਹਦਾ ਉਦਘਾਟਨ ਕੀਤਾ ਇਹਨਾਂ ਨੇ ਆ ਕੇ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਵੀ ਇਹਨਾਂ ਦੇ ਚੋਣ ਪ੍ਰਚਾਰ ਸੰਬੰਧੀ ਤੇ ਨਾਲ ਦੀ ਨਾਲ ਇਹਨਾਂ ਦੀ ਕੰਪੇਅਰ ਕਿਸ ਤਰ੍ਹਾਂ ਕਰੀ ਮੈਂ ਤੁਹਾਡਾ ਸਵਾਗਤ ਹੈ ਜੀ ਵੀਰ ਜੀ ਦੇਖੋ ਮੁੱਦੇ ਜਿਹੜੇ ਆ ਪੰਜਾਬ ਦੇ ਠੀਕ ਹੈ ਬਹੁਤ ਕਾਮਨ ਹੈ ਸਾਰਿਆਂ ਨੂੰ ਪਤਾ ਦਸ ਸਾਲ ਤੋਂ ਅਸੀਂ ਦੇਖ ਰਹੇ ਹਾਂ ਤੇ ਹੁਣ ਤਾਂ ਦਸ ਸਾਲ ਤੋਂ ਜ਼ਿਆਦਾ ਟਾਈਮ ਵਿੱਚ ਇੰਕਰੀਜ਼ ਹੋ ਗਏ ਆ ਉਹ ਮੁੱਦੇ ਕਿਉਂਕਿ ਉਹ ਮੁੱਦੇ ਸਾਡੇ ਕਿਸਾਨੀ ਦੇ ਆ ਮੁੱਦੇ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਬੇਰੁਜ਼ਗਾਰੀ ਉਹਦਾ ਮੁੱਦਾ ਕਿਸਾਨੀ ਦਾ ਮੁੱਦਾ ਹੈ ਠੀਕ ਹੈ ਵਪਾਰ ਵਰਗ ਸਾਡਾ ਉਹ ਪਰੇਸ਼ਾਨ ਹੈ ਉਹਨਾਂ ਦਾ ਮੁੱਦਾ ਹੈ ਉਸ ਤੋਂ ਬਾਅਦ ਸ਼੍ਰਮਿਕ ਸਾਡਾ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਤੇ ਬਾਕੀ ਆਮ ਹੱਕ ਜਿਹੜੀ ਕੈਟੇਗਰੀ ਸੀ ਜੋ ਉਹਨਾਂ ਦਾ ਹੱਕ ਬੰਦਾ ਬੰਦਾ ਉਹ ਨਹੀਂ ਮਿਲ ਰਿਹਾ ਇਹ ਵੀ ਸਾਰੇ ਮੁੱਦੇ ਲੈ ਕੇ ਉਸ ਸਮੇਂ ਲੋਕਾਂ ਨੇ ਬਹੁਤ ਹੀ ਹੋਸਲਾ ਦੇ ਨਾਲ ਬਤਾਇਆ ਸਾਡੇ ਕੰਮ ਹੈ ਗਿਆ ਬਾਕੀ ਦੇ ਉੱਤੇ ਦੂਸਰੇ ਪਾਸੇ ਤੁਹਾਨੂੰ ਜਾਣਾ ਇਸ ਪਰ ਇਸ ਕਾਰ ਪ੍ਰੋਬਲਮ ਹੋ ਸਕਦੀ ਹੈ ਤੁਹਾਡੇ ਕੋਲ ਜਾਂ ਪਾਰਟੀ ਨੂੰ ਦੇਖੋ ਇਸ ਤਰ੍ਹਾਂ ਹੈ ਕਿ ਲੋਕਾਂ ਦਾ ਵਿਸ਼ਵਾਸ ਪਾਰਟੀ ਨਾਲ ਹੁੰਦਾ ਹੈ ਕੈਂਡੀਡੇਟ ਸਿਰਫ ਇੱਕ ਪਾਰਟੀ ਦਾ ਫੇਸ ਬਣ ਕੇ ਆਉਂਦਾ ਹੈ ਜੇ ਉਹ ਫੇਸ ਇਧਰੋਂ ਉਧਰ ਵੀ ਹੋ ਗਿਆ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਪਾਰਟੀ ਨਾਲ ਨਹੀਂ ਹਟਦਾ ਲੋਕ ਉਸ ਇਨਸਾਨ ਨੂੰ ਦੇਖਦੇ ਆ ਕਿ ਉਹ ਧੋਖਾ ਦੇ ਕੇ ਗਿਆ ਪਾਰਟੀ ਕਦੇ ਧੋਖਾ ਨਹੀਂ ਦਿੰਦੀ ਕਿਸੇ ਨੂੰ ਬੜੀ ਸਿੰਪਲ ਜੀ ਗੱਲ ਆ ਲੋਕਾਂ ਨੂੰ ਇਹੀ ਕਹਾਂਗੀ ਕਿ ਆਪਣੀ ਪਾਰਟੀ ਤੇ ਭਰੋਸਾ ਰੱਖਣ ਪਾਰਟੀ ਨੇ ਮੈਨੂੰ ਇੱਥੇ ਉਤਾਰਿਆ ਮੇਰੇ ਉੱਪਰ ਭਰੋਸਾ ਕਰਕੇ ਲੇਕਿਨ ਮੈਂ ਤਾਂ ਬਾਰ ਬਾਰ ਕਹਿ ਰਹੀ ਹਾਂ ਕਿ ਕੋਈ ਸ਼ੋਸ਼ਾ ਨਹੀਂ ਹੈ ਬਹੁਤ ਆਮ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਇੱਕ ਇੰਨੇ ਸਾਲਾਂ ਤੋਂ ਪਾਰਟੀ ਨਾਲ ਇੱਕ ਵਰਕਰ ਦੇ ਤੌਰ ਤੇ ਕੰਮ ਕਰਦੀ ਆਈ ਹਾਂ ਤੁਹਾਡੇ ਸਾਰੇ ਜਿੰਨੇ ਵਰਕਰ ਸੀ ਪਾਰਟੀ ਚ ਤੁਹਾਨੂੰ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਗਰਵ ਹੋਣਾ ਚਾਹੀਦਾ ਕਿ ਉਹਨਾਂ ਚੋਂ ਕਿਸੇ ਨੂੰ ਅੱਗੇ ਲੈ ਕੇ ਪਾਰਟੀ ਨੇ ਇੱਕ ਟਿਕਟ ਦਿੱਤੀ ਹੈ ਤਾਂ ਮੈਂ ਉਹਨਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਜੇ ਇੱਦਾਂ ਦੇ ਕੋਈ ਹੈ ਵੀ ਡਰਨ ਦੀ ਕੋਈ ਗੱਲ ਨਹੀਂ ਹੈ ਆਪਣੇ ਉੱਪਰ ਕੌਨਫੀਡੈਂਸ ਰੱਖੋ ਅੱਗੇ ਆਓ ਮੇਰੇ ਨਾਲ ਮੁੰਡਾ ਲਾ ਕੇ ਮੁੰਡੇ ਨਾਲ ਮੁੰਡਾ ਲਾ ਕੇ ਚੱਲੋ ਮੈਂ ਜੋ ਹੋ ਸਕਦਾ ਬਿਲਕੁਲ ਹੋ ਸਕਦਾ ਕਿਉਂਕਿ ਦੇਖੋ ਅੱਜ ਲੋਕ ਮੰਗਦੇ ਕਿ ਇਸ ਤਰ੍ਹਾਂ ਦਾ ਇਨਸਾਨ ਦੇ ਸਾਹਮਣੇ ਆਏ ਜਿਸ ਤਰ੍ਹਾਂ ਉਹਨਾਂ ਨੂੰ ਪਤਾ ਹੋ ਕਿ ਉਹ ਇਨਸਾਨ ਇਮਾਨਦਾਰ ਹੋ ਠੀਕ ਹੈ ਤੇ ਮੇਰੇ ਖਿਆਲ ਮੇਰੀ ਇਮਾਨਦਾਰੀ ਹੈ ਉਹ ਮੇਰੀ ਤਾਕਤ ਵੀ ਹੈ ਤੇ ਲੋਕ ਮੇਰੇ ਉੱਪਰ ਭਰੋਸਾ ਜ਼ਰੂਰ ਕਰਨਗੇ ਤੇ ਮੈਂ ਲੋਕਾਂ ਤੱਕ ਜਾ ਰਹੀ ਹਾਂ ਗੱਲਬਾਤ ਕਰ ਰਹੀ ਹਾਂ ਆਪਣੀ ਗੱਲ ਉਹਨਾਂ ਤੱਕ ਪਹੁੰਚਾ ਰਹੀ ਹਾਂ ਪਾਰਟੀਆਂ ਦੀ ਰੱਦੋ ਬਦਲ ਤੁਸੀਂ ਕਿਸ ਤਰ੍ਹਾਂ ਦੇ ਸਪੈਸ਼ਲੀ ਕਾਂਗਰਸ ਨੇ ਹੋਰ ਪਾਰਟੀਆਂ ਦੀ ਰੱਦੋ ਬਦਲ ਲੈ ਕੇ ਤੁਸੀਂ ਕਿਸ ਤਰ੍ਹਾਂ ਦੇ ਇਲੈਕਸ਼ਨ ਦੇ ਟਾਈਮ ਤੇ ਤਰ੍ਹਾਂ ਦੇ ਇੱਕ ਅੱਜਕੱਲ੍ਹ
ਅੱਗੇ ਜਿਹੜੀ ਹੁੰਦੀ ਸੀ ਸੁਭਾਵਿਕ ਆ ਚੋਣਾਂ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਵਿੱਚ ਰੱਦੋ ਬਦਲ ਪਰ ਇਸ ਵਾਰ ਬਹੁਤ ਇਤਿਹਾਸਕ ਹੋਈ ਜਾਂ ਇਤਰਾਜ ਕਿਸੇ ਨਾਲ ਬੋਲਿਆ ਕਰਤਾ ਤਾਂ ਨਹੀਂ ਹੋਇਆ ਪਰ ਇਸ ਵਾਰ ਉਹ ਲੋਕ ਪਾਰਟੀਆਂ ਛੱਡ ਕੇ ਗਏ ਜਿਹੜੇ ਮੌਕੇ ਤੇ ਉਮੀਦ ਐਮ ਪੀ ਸਾਂਸਦ ਐਮ ਐਲ ਏ ਜਿਹੜੇ ਸੀਗੇ ਉਹਨਾਂ ਕਰਨ ਕੀ ਹੋ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਜਵਾਬ ਦਿੱਤੇ ਆ ਤੇ ਅਸੀਂ ਉਸੇ ਤਰ੍ਹਾਂ ਆਪਣੇ ਚੈਨਲ ਦੇ ਮਾਧਿਅਮ ਲੋਕਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਹੋਏ ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਇਹਨਾਂ ਨਾਲ ਗੱਲਬਾਤ ਹੋਏ ਅਸੀਂ ਆਪ ਤੋਂ ਲਿਵਿੰਗ ਏਰੀਆ ਨਿਊਜ਼ ਦੇ ਦਲਜੀਤ ਅਜਰੋਹਾ।